ਨੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਅਸੀਂ ਅੱਜ ਦੀ ਇਸ ਵੀਡੀਓ ਤੇ ਵਿੱਚ ਰਾਜ ਵਿਦਿਕ ਖੋਜ ਅਤੇ ਸਿਖਲਾਈ પરિਸ਼ਦ ਪੰਜਾਬ ਵੱਲੋਂ ਲੇਟੈਸਟ ਅਪਡੇਟ ਸ਼ੇਅਰ ਕਰਨ ਜਾ ਰਹੇ ਹਾਂ ਜੋ ਕਿ PS TET 2 ਦੇ ਨਾਲ ਸੰਬੰਧਿਤ ਹੈ ਇਹ ਜੋ ਅਪਡੇਟ ਹੈ 9 ਪੰਜ 2023 ਦੀ ਅੱਜ ਦੀ ਅਪਡੇਟ ਹੈ ਪਬਲਿਕ ਨੋਟਿਸ ਹੈ ਔਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਤੇ ਇਸ ਦੇ ਨਾਲ ਹੀ ਪਬਲਿਕ ਨੋਟਿਸ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਜਿਸ ਵਿੱਚ ਦੱਸਿਆ ਕਿ ਪੀਐਸਟੈਟ 2 ਦਾ ਜਿਹੜਾ ਪੇਪਰ ਹੈ ਜੋ ਕਿ ਮਿਤੀ 30 ਅਪ੍ਰੈਲ 2023 ਨੂੰ ਹੋਇਆ ਸੀ ਔਰ ਇਸ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਪੇਪਰ ਸਬੰਧੀ ਜੋ ਉੱਤਰ ਕੁੰਜੀ ਯਾਨੀ ਕਿ ਜਿਹੜੀ ਆਨਸਰ ਕੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ ਤੇ ਪਾ ਦਿੱਤੀ ਗਈ ਹੈ ਤੇ ਸਬੰਧਿਤ ਉਮੀਦਵਾਰ ਉੱਤਰ ਕੁੰਜੀ ਯਾਨੀ ਕਿ ਜਿਹੜੀ ਆਨਸਰ ਕੀ ਹੈ ਸਬੰਧੀ ਆਪਣੇ ਸੁਝਾਅ ਜਾਂ ਇਤਰਾਜ਼ ਅਗਰ ਤੁਹਾਨੂੰ ਕਿਸੇ ਵੀ ਕੁਐਸਚਨ ਦਾ ਕੋਈ ਇਤਰਾਜ਼ ਹੈ ਔਰ ਤੁਸੀਂ 11 5 2023 ਤੱਕ ਯਾਨੀ ਕਿ 11 ਮਈ 2023 ਤੱਕ ਪੇਜ ਸਕਦੇ ਹੋ ਕਿਸੇ ਵੀ ਆਨਸਰ ਦੇ ਵਿੱਚ ਤੁਹਾਨੂੰ ਕੋਈ ਇਤਰਾਜ਼ ਹੈ ਜਾਂ ਕੋਈ ਤੁਸੀਂ ਆਪਣਾ ਸੁਝਾਅ ਵੀ ਉਸ ਆਨਸਰ ਦੇ ਰਿਗਾਰਡਿੰਗ ਦੇਣਾ ਚਾਹੁੰਦੇ ਹੋ ਤੇ ਉਹ ਤੁਸੀਂ ਇਤਰਾਜ਼ ਜਿਹੜਾ 11 ਮਈ 2023 ਤੱਕ ਪੇਜ ਸਕਦੇ ਹੋ ਤੇ ਇਸ ਮਕਸਦ ਦੇ ਲਈ ਉੱਤਰ ਕੁੰਜੀ ਸੰਬੰਧੀ ਸੁਝਾਅ ਇਤਰਾਜ਼ ਦੇਣ ਦੇ ਲਈ ਲਿੰਕ ਉਮੀਦਵਾਰ ਦੇ ਲੌਗਇਨ ਆਈਡੀ ਦੇ ਵਿੱਚ ਦਿੱਤਾ ਹੋਇਆ ਹੈ ਜਿਹੜੀ ਤੁਹਾਡੀ ਲੌਗਇਨ ਆਈਡੀ ਹੈ ਉਸ ਆਈਡੀ ਦੇ ਵਿੱਚ ਇਸ ਦਾ ਜੋ ਲਿੰਕ ਉਹ ਦਿੱਤਾ ਗਿਆ ਹੈ ਔਰ ਇਸ ਲਿੰਕ ਦੇ ਤੁਸੀਂ ਕਲਿੱਕ ਕਰਕੇ ਆਪਣਾ ਇਤਰਾਜ਼ ਜਾਂ ਕੋਈ ਆਨਸਰ ਦੇ ਪ੍ਰਤੀ ਕੋਈ ਸੁਝਾਅ ਦੇਣਾ ਚਾਹਦੇ ਹੋ ਤੇ ਉਹ ਤੁਸੀਂ ਦੇ ਸਕਦੇ ਹੋ ਔਰ ਇਸ ਦਾ ਜੋ ਟਾਈਮ ਹੈ ਇਸ ਦੀ ਜੋ ਲਾਸਟ ਡੇਟ ਹੈ ਉਹ ਹੈ 11 ਮਈ 2023 ਤੋਂ ਇਹ ਲੇਟੈਸਟ ਅਪਡੇਟ ਹੈ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੈ ਹਿੰਦ